ਲੁਧਿਆਣਾ 'ਚ ਵਿਆਹ ਤੋਂ ਇਨਕਾਰ ਕਰਨ 'ਤੇ ਨੌਜਵਾਨ ਵੱਲੋਂ ਲੜਕੀ 'ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਆਰੋਪੀ ਨੇ ਲੜਕੀ ਦੇ ਘਰ ਅੰਦਰ ਦਾਖਲ ਹੋ ਕੇ ਅੰਜਾਮ ਦਿੱਤਾ ਹੈ। ਆਰੋਪੀ ਪੀੜਤ ਲੜਕੀ ਦੀ ਭੈਣ ਦਾ ਦਿਓਰ ਦੱਸਿਆ ਜਾ ਰਿਹਾ ਹੈ, ਜੋ ਕਿ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਲੜਕੇ ਵੱਲੋਂ ਤੇਜ਼ਾਬ ਸੁੱਟਣ ਨਾਲ ਲੜਕੀ 50% ਝੁਲਸ ਗਈ ਹੈ। ਆਰੋਪੀ ਵੱਲੋਂ ਸੁੱਟੇ ਗਏ ਤੇਜ਼ਾਬ ਦੇ ਛਿੱਟੇ ਪੀੜਤ ਲੜਕੀ ਦੀ ਮਾਂ ਤੇ ਵੀ ਜਾ ਡਿੱਗੇ, ਜਿਸ ਕਾਰਨ ਉਹ ਵੀ ਜ਼ਖਮੀ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਮੇਰੀ ਬੇਟੀ ਕੋ ਪਹਿਲੇ ਸੇ ਤੰਗ ਕਰਤਾ ਰਹਾ ਹੈ, ਉਨਕੋ ਮੈਨੇ ਹਮ ਬੇਟੀ ਸੇ ਪੁੱਛਤਾ ਕੋਈ ਗਲਤ ਥੇ ਤੋ ਨਹੀਂ ਛੇੜਦਾ, ਕਹਤਾ ਨਹੀਂ ਮੰਮੀ ਕਹੇ ਧਮਕੀ ਦੇਤਾ ਹੈ ਪਹਿਲੇ। ਅਜ ਕੁਮਾਰ ਮੇਰੀ ਬੇਟੀ ਬੜੇ ਬੇਟੀ ਕਾ ਦੇਵਰ ਛੋਟਾ, ਤੇ ਉਹ ਹਮੇਸ਼ਾ ਇਸਕੋ ਸਕੂਲ ਜਾਤੀ ਰਹਾ ਤਬ ਵੀ ਧਮਕੀ ਦੇਤਾ ਰਹਾ ਹੈ, ਸਕੂਲ ਸੇ ਵੀ ਪਕੜ ਲੇਤਾ ਰਹਾ, ਬਿਠਾ ਲੇਤਾ ਰਹਾ, ਜਬਰਦਸਤੀ ਸਾਥ ਸ਼ਾਦੀ ਕਰ ਲੇ, ਹਮਕੋ ਵੀ ਧਮਕੀ ਦੇਤਾ ਰਹਾ ਮੇਰੇ ਸਾਥ ਸ਼ਾਦੀ ਕਰ ਦੋ। ਮੈਂ ਕਿਹਾ ਬੇਟਾ ਅਭੀ ਹਮਾਰੀ ਬੇਟੀ ਕੋ ਸਾਲ ਨਹੀਂ ਹੁਆ, ਹਮ ਤੁਹਾਰੇ ਇੱਕ ਘਰ ਮੇਂ ਨਹੀਂ ਸ਼ਾਦੀ ਕਰੇਂਗੇ। ਉਹ ਹਮੇਸ਼ਾ ਧਮਕੀ ਦੇਤਾ ਰਹਿਤਾ ਰਹਾ, ਬੋਲਤਾ ਰਹਾ, ਫਿਰ ਹਮ ਬੇਟੀ ਚਲੀ ਆਈ ਕੋਠੀ, ਹਮ ਫਿਰ ਰੁਕ ਗਏ, ਉਸਸੇ ਬਾਤ ਲਗੀ ਹੋਤੀ ਰਹੀ, ਬੇਟੀ ਬਾਤ ਕੋ ਰਿਕਾਰਡ ਕਰਤੀ ਰਹੀ, ਰੂਬੀ ਹਮਾਰੇ ਮੋਬਾਈਲ ਪੇ ਬਾਤ ਰੂਬੀ ਬੇਟੀ ਕੀ ਚਲਤੀ ਰਹੀ, ਬੇਟੀ ਨੇ ਰਿਕਾਰਡ ਕਰਾ ਕਿ ਅਬ ਜਬ ਨਹੀਂ ਮਾਨੇਗਾ ਫਿਰ ਮੰਮੀ ਇਹ ਰਿਕਾਰਡਿੰਗ ਇਸਕੀ ਮਾਂ ਕੋ ਸੁਣਾਉਂਗੀ, ਇਸਕੀ ਮਾਂ ਤੁਮੇ ਗਾਲੀਆਂ ਦੇਤੀ ਉਲਟੀ ਸਿੱਧੀ ਕਿ ਬੁਲਾਤੀ ਹੈ ਤੇਰੀ ਮਾਂ, ਹਮੇਸ਼ਾ ਹਮਕੋ ਉਲਟੀ ਧਮਕੀ ਦੇਤਾ ਰਹਿਤਾ ਰਹਾ। ਇਸਕੇ ਮਾਂ ਬਾਪ ਜਵਾਈ ਵੀ ਕਹਾ ਕਿ ਤੇਰੀ ਬੇਟੀ ਮੇਰੇ ਭਾਈ ਕੋ ਬੁਲਾਤੀ ਹੈ, ਜਵਾਈ ਨੇ ਵੀ ਯਕੀਨ ਨਹੀਂ ਕੀਆ ਹਮਾਰਾ। ਅਬ 26 ਤਾਰੀਖ ਕੋ ਡਾਲਾ, 12 ਵਜੇ ਰਾਤ ਮੇਂ ਆਇਆ, ਹਮ ਮਾਂ ਬੇਟੀ ਸੋ ਰਹੇ ਥੇ, ਹਮੇਂ ਇਹ ਨਹੀਂ ਪਤਾ ਚਲਾ ਇਹ ਕਬ ਆਇਆ, ਜਬ ਬੇਟੀ ਧਰ ਚਿਲਾਈ ਉਸਕੋ ਪਕੜਨੇ ਕੀ ਕੋਸ਼ਿਸ਼ ਕੀ, ਉਹ ਨਿਕਲ ਕੇ ਭਾਗ ਗਿਆ, ਘਰ ਵਾਲਾ ਬਾਹਰ ਟੀਨ ਕੇ ਨੀਚੇ ਬਾਪ ਬੇਟੇ ਨੰਦੋ ਸੀ ਹਮਾਰਾ ਸੋਤਾ ਥਾ, ਤੇ ਉਹ ਜਬ ਹਮਾਰੀ ਚਿਲਾਨੇ ਕੀ ਆਵਾਜ਼ ਸੁਣੀ, ਘਰ ਵਾਲਾ ਸਾਰੇ ਦੋਨੋਂ ਪੜੋਸੀ ਉੱਠ ਗਏ, ਉੱਠ ਕੇ ਦੋਨੋਂ ਪੜੋਸੀ ਕਹਤੇ ਕੌਣ ਆਇਆ ਕਿਆ ਹੁਆ, ਤੋ ਬਤਾਇਆ ਹਮਾਰੀ ਬੇਟੀ ਕੇ ਉੱਪਰ ਤੇਜ਼ਾਬ ਡਾਲਾ, ਇਹਨੇ ਲਾਈਟ ਜਲਾਈ ਤੋ ਦੇਖਾ ਤੇਜ਼ਾਬ ਪੜਾ, ਬੇਟੀ ਨੇ ਬਾਲਟੀ ਖੋਲ ਕੇ ਮੂੰਹ ਪੇ ਸਾਰਾ ਪਾਣੀ ਫੇਂਕਾ, ਹਮਾਰਾ ਪੇਟ ਜਲਨੇ ਲੱਗ ਗਿਆ, ਹਮਾਰੀ ਪੇਟ ਹੱਥ ਮੇਂ ਜਲਨ ਹੋ ਗਈ, ਫਿਰ ਹਮ ਉੱਠ ਕੇ ਪੁਲਿਸ ਕੋ 100 ਨੰਬਰ ਸਿੱਧਾ ਦਬਾਇਆ, ਪੁਲਿਸ ਨੇ ਆਈ, ਮੌਕਾ ਦੇਖਾ, ਮੌਕਾ ਦੇਖ ਕੇ ਫਿਰ ਪੁਲਿਸ ਫੋਟੋ ਖਿੱਚੀ, ਗੱਦਾ ਸਾਰਾ ਸੜ ਗਿਆ, ਸਾਰੀ ਹਮਾਰਾ ਜਿਸ ਜਗ੍ਹਾ ਬੇਟੀ ਸੋਈ ਥੀ ਸਾਰਾ ਸੜ ਗਿਆ। ਲੁਧਿਆਣਾ ਤੋਂ ਵਿਵੇਕ ਢੱਲ, ਖਬਰ ਹਰਪਲ ਇੰਡੀਆ ਲਈ। ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕਨ ਤੇ, ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ, ਫੇਸਬੁੱਕ ਤੇ ਸਰਚ ਕਰੋ ਖਬਰ ਹਰਪਲ ਇੰਡੀਆ।